ਆਪਣੇ ਨਾਜਾਇਜ਼ ਸਬੰਧਾਂ ਦੇ ਲਈ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਕਤਲ ਕੀਤਾ ਗਿਆ, ਫਿਰ ਉਸਦੀ ਲਾਸ਼ ਨੂੰ ਆਟੋ ਕਾਰ ਦੇ ਵਿੱਚ ਰੱਖ ਕੇ ਅੱਗ ਲਗਾ ਦਿੱਤੀ। ਇਸ ਕਤਲ ਨੂੰ ਪਤਨੀ ਅਤੇ ਉਸਦੇ ਪ੍ਰੇਮੀ ਨੇ ਹਾਦਸਾ ਬਣਾ ਦਿੱਤਾ। ਪੁਲਿਸ ਦੇ ਵੱਲੋਂ 20 ਦਿਨਾਂ ਬਾਅਦ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ। ਇਸ ਕਾਰ ਦੇ ਵਿੱਚ ਇਹ ਸ਼ਖਸ ਜਿਉਂਦਾ ਨਹੀਂ ਸੜਿਆ, ਬਲਕਿ ਇਸਦਾ ਕਤਲ ਕੀਤਾ ਗਿਆ ਸੀ। ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਇਹ ਵਾਰਦਾਤ ਕੀਤੀ ਸੀ। ਬਰਨਾਲਾ ਪੁਲਿਸ ਦੇ ਵੱਲੋਂ 20 ਦਿਨਾਂ ਬਾਅਦ ਇਹਨਾਂ ਅਨਸਰਾਂ ਨੂੰ ਕਾਬੂ ਕੀਤਾ ਗਿਆ। ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਹਿਲਾਂ ਪਲੈਨ ਬਣਾਇਆ, ਫਿਰ ਆਪਣੇ ਪਤੀ ਦਾ ਗਲ ਘੁੱਟਿਆ, ਫਿਰ ਮੱਛਰ ਮਾਰਨ ਵਾਲੀ ਹਿੱਟ ਸੁੰਘਾ ਕੇ ਉਸਨੂੰ ਕਤਲ ਕਰ ਦਿੱਤਾ। ਲਾਸ਼ ਨੂੰ ਆਲਟੋ ਕਾਰ ਦੇ ਵਿੱਚ ਰੱਖ ਕੇ ਅੱਗ ਲਗਾ ਦਿੱਤੀ, ਤਾਂ ਜੋ ਸਭ ਨੂੰ ਇਹ ਲੱਗੇ ਕਿ ਇਹ ਕਤਲ ਨਹੀਂ ਸਗੋਂ ਇੱਕ ਹਾਦਸਾ ਹੋਇਆ। ਤਾਂ ਬਰਨਾਲਾ ਪੁਲਿਸ ਦੇ ਵੱਲੋਂ ਪਤਨੀ ਸੁਖਜੀਤ ਕੌਰ, ਉਸਦੇ ਪ੍ਰੇਮੀ ਹਰਦੀਪ ਸਿੰਘ ਅਤੇ ਉਸਦੇ ਪ੍ਰੇਮੀ ਦੇ ਦੋਸਤ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਪਤੀ ਗੁਰਚਰਨ ਸਿੰਘ ਰਸਤੇ ਦੇ ਵਿੱਚ ਰੋੜਾ ਬੰਦਾ ਸੀ, ਜਿਸ ਨੂੰ ਹਟਾਉਣ ਦੇ ਲਈ ਇਹ ਪੂਰਾ ਪਲੈਨ ਬਣਾਇਆ ਗਿਆ। ਪਤਨੀ ਨੇ ਆਪਣੇ ਪ੍ਰੇਮੀ ਅਤੇ ਅੱਗੇ ਉਹ ਪ੍ਰੇਮੀ ਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਪਰਿਵਾਰ ਦੇ ਵੱਲੋਂ ਇਹਨਾਂ ਤਿੰਨੇ ਅਨਸਰਾਂ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਤਾਂ ਕਾਰ ਦੇ ਵਿੱਚ ਗੁਰਚਰਨ ਸਿੰਘ ਜਿਉਂਦਾ ਨਹੀਂ ਸੜਿਆ, ਬਲਕਿ ਉਸਦਾ ਕਤਲ ਕੀਤਾ ਗਿਆ ਸੀ। 20 ਦਿਨਾਂ ਬਾਅਦ ਬਰਨਾਲਾ ਪੁਲਿਸ ਦੇ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ। ਪਤਨੀ ਨੇ ਆਪਣੇ ਨਜਾਇਜ਼ ਸਬੰਧਾਂ ਦੇ ਲਈ ਆਪਣੇ ਪਤੀ ਨੂੰ ਰਸਤੇ ਦੇ ਵਿੱਚ ਹਟਾ ਦਿੱਤਾ, ਉਸਦਾ ਗਲਾ ਘੁੱਟ ਕੇ ਉਸਨੂੰ ਮੱਛਰ ਮਾਰਨ ਵਾਲੀ ਦਵਾਈ ਸੁੰਘਾ ਕੇ ਉਸਦਾ ਕਤਲ ਕੀਤਾ, ਫਿਰ ਆਲਟੋ ਕਾਰ ਦੇ ਵਿੱਚ ਪਾ ਕੇ ਕਾਰ ਨੂੰ ਅੱਗ ਲਗਾ ਦਿੱਤੀ, ਤਾਂ ਜੋ ਸਾਰਿਆਂ ਨੂੰ ਇਹ ਲੱਗੇ ਕਿ ਇਹ ਕਤਲ ਨਹੀਂ ਸਗੋਂ ਇਹ ਹਾਦਸਾ ਹੋਇਆ। ਆਖਿਰਕਾਰ ਬਰਨਾਲਾ ਪੁਲਿਸ ਦੇ ਵੱਲੋਂ ਇਸ ਪੂਰੇ ਪਲੈਨ ਦਾ ਪਰਦਾਫਾਸ਼ ਕਰਕੇ ਤਿੰਨੇ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਾਈ ਜੀ, ਇਹ ਬਹੁਤ ਹੀ ਨਰਮ ਪਰਿਵਾਰ ਮੁੰਡਾ ਸੀਗਾ ਅਤੇ ਨਸ਼ੇ ਪੱਤੇ ਤੋਂ ਰਹਿ ਸੀਗਾ ਅਤੇ ਬਹੁਤ ਸਾਜ਼ਿਸ਼ ਤਹਿਤ ਇਹਨੂੰ ਵਿਚਾਰੇ ਨੂੰ ਮਾਰਿਆ ਗਿਆ ਅਤੇ ਪਹਿਲਾਂ ਤਾਂ ਅੱਗ ਦੇ ਵਿੱਚ ਹੀ ਰਹਿ ਗਏ ਸੀ ਵੀ ਚਲੋ ਗੱਡੀ ਨੂੰ ਅੱਗ ਲੱਗ ਗਈ ਗਰਮੀ ਕਰਕੇ। ਬਾਅਦ ਦੇ ਵਿੱਚ ਜਾਂਚ ਦੇ ਵਿੱਚ ਆਇਆ ਵੀ ਇਹਨੂੰ ਇਹਦੀ ਮੰਨ ਲਓ ਘਰਦਿਆਂ ਨੇ, ਇਹਦੀ ਪਤਨੀ ਨੇ ਮੰਨ ਲਓ ਸਾਜ਼ਿਸ਼ ਰਸ ਕੇ ਇਹਨੂੰ ਬੇਰਹਿਮੀ ਨਾਲ ਮਰਵਾਇਆ ਗਿਆ ਅਤੇ ਇਹਨੂੰ ਬਣਦੀ ਸਜ਼ਾ ਵੱਧ ਤੋਂ ਵੱਧ ਕਾਨੂੰਨ ਮਿਲਣੀ ਚਾਹੀਦੀ ਹੈ। ਠੀਕ ਹੈ, ਮੰਨ ਲਓ ਗੁਨਾਹ ਕਰਿਆ ਉਹਦੀ ਇਹਨੂੰ ਸਜ਼ਾ ਮਿਲੇ, ਇਹੀ ਕਹਿ ਸਕਦੇ ਹਾਂ ਜੀ। ਜਾਂ ਤਾਂ ਮੰਨ ਕੇ ਚਲੋ ਵੀ ਜ਼ਮੀਨ ਪ੍ਰੋਪਰਟੀ ਤਾਂ ਇਹਨਾਂ ਦੀ ਸੀ ਪਹਿਲਾਂ, ਵੀ ਇਹ ਕੋਈ ਹੁਣ ਜ਼ਿਆਦਾ ਲਾਲਚ ਹੋ ਗਿਆ ਇਹਨੂੰ ਵੀ ਮਾਰ ਮੂਰ ਕੇ ਜਾਂਦਾ, ਕੋਈ ਇਹਦੀ ਜਿਹੜੀ ਸਾਰੀ ਪ੍ਰੋਪਰਟੀ ਹੈ ਵੀ ਮੈਂ ਇਕੱਲੀ ਹੜੱਪ ਕਰ ਲੂੰਗੀ, ਪ੍ਰੋਪਰਟੀ ਵੀ ਹੈਗੀ ਹੈ ਬੰਦੇ ਕੋਲ ਵੀ ਪ੍ਰੋਪਰਟੀ ਦੀ ਹੱਕਦਾਰ ਮੈਂ ਬਣ ਜਾ। ਇਹਦੇ ਦੋ ਬੱਚੇ ਹੈ ਜੀ, 10 ਸਾਲ ਦੀ ਗੁੜੀਆ, 8 ਸਾਲ ਦਾ ਮੁੰਡਾ ਅਤੇ ਦੋ ਬੱਚੇ। ਕਿੰਨੇ ਬੰਦੇ ਸ਼ਾਮਿਲ ਹੈਗੇ ਇਹਦੇ ਵਿੱਚ? ਇਹਦੇ ਵਿੱਚ ਜੀ ਹਜੇ ਤੱਕ ਜਾਂਚ 'ਚ ਤਿੰਨ ਬੰਦੇ ਆਏ ਹੈ ਜੀ, 2 ਜੈਂਟਸ, 1 ਇਹਦੇ ਘਰ ਦੇ, 1 ਮਹਾਰਾਜ ਤੋਂ ਹੈ ਜੀ ਅਤੇ 1 ਰਾਮਪੁਰਾ ਸਿਟੀ ਤੋਂ ਜੀ ਨਾਲ ਵੱਲੋਂ। ਮੰਗ ਤਾਂ ਇਹੀ ਕਰ ਰਹੇ ਹਾਂ ਜੀ, ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ, ਹੋ ਸਕੇ ਤਾਂ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਜਿਵੇਂ ਉਹਨੂੰ ਜਿਉਂਦੇ ਜੀ ਸਾੜਿਆ ਤਾਂ ਇਹਨੂੰ ਵੀ ਉਹ ਚੀਜ਼ ਦਾ ਮੰਨ ਲਓ ਮੁਆਵਜ਼ਾ ਭੁਗਤਣਾ ਪਵੇ। ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ, ਪਿੰਡ ਦਰਾਜ ਹੈ ਜੀ। ਬਾਈ ਜੀ, ਗੱਲ ਇੱਦਾਂ ਵੀ ਜਗਤਾਰ ਸਿੰਘ, ਅਸੀਂ ਜਗਤਾਰ ਕਹਿ ਦਿੰਦੇ ਹਾਂ ਪਿੰਡ 'ਚ ਉਹ ਮੁੰਡੇ ਨੂੰ, ਵੈਸੇ ਪੱਕਾ ਨਾਮ ਉਹਦਾ ਹਰਚਰਨ ਸਿੰਘ ਸੀਗਾ। ਬਹੁਤ ਜ਼ਿਆਦਾ ਨਰਮ ਸੁਭਾਅ ਦਾ ਬੰਦਾ ਸੀ, ਕਿਸੇ ਨਾਲ ਬੋਲਣੀ ਨਹੀਂ ਮਾੜੀ, ਕਿਸੇ ਨਾਲ ਕੁਛ ਨਹੀਂ, ਮੰਨ ਲਓ ਪਿੰਡ 'ਚ ਹਰ ਇੱਕ ਬੰਦੇ ਨਾਲ ਵਰਤਣ ਵਾਲਾ ਬੰਦਾ ਸੀਗਾ। ਅਤੇ ਜਿਹੜਾ ਇਹ ਕੰਮ ਹੋਇਆ, ਪਹਿਲਾਂ ਤਾਂ ਸਭ ਨੂੰ ਬਾਈ ਪਿੰਡ 'ਚ ਐਂ ਸੀਗਾ ਵੀ ਯਾਰ ਅੱਗ ਲੱਗ ਗਈ, ਅੱਗ ਲੱਗਣ ਕਾਰਨ ਵੀ ਮਰ ਗਿਆ ਜਾਂ ਕੁਛ ਵੀ। ਬਾਅਦ 'ਚੋਂ ਪੁਲਿਸ ਨੇ ਜਿਵੇਂ ਤਫਤੀਸ਼ ਕੀਤੀ ਆ, 2 ਬੰਦੇ ਫੜੇ ਗਏ, ਕਿਹਦੀ ਘਰ ਦੀ ਵਿੱਚ ਸ਼ਾਮਿਲ ਹੋਈ ਆ ਸਾਜ਼ਿਸ਼ ਦੇ, ਵੀ ਉਹਨਾਂ ਨੇ ਮਾਰਿਆ ਜੀ।
ਹੁਣ ਅਫਵਾਹਾਂ ਤਾਂ ਬਾਈ ਜੀ ਬਹੁਤ ਉੱਡੀਆਂ ਨੇ, ਹੁਣ ਉਹਦੇ ਆਪਾਂ ਤਹਿਤ ਤਾਂ ਕੁਛ ਕਹਿ ਨਹੀਂ ਸਕਦੇ, ਜਿਵੇਂ ਹੈ ਨਾ ਉਹ ਵੀ ਇੱਕ ਜਿਵੇਂ ਮੈਂ ਹਰਾਜ ਤੋਂ ਹੈਗਾ ਇਹਦੇ ਪੇਕਿਆਂ ਤੋਂ ਹੀ ਆ ਮੁੰਡਾ, ਉਹ ਹੈਗਾ ਇੱਕ ਰਾਮਪੁਰਾ ਗਿੱਲਪੱਤੀ ਤੋਂ ਆ, ਇੱਕ ਇਹ ਖੁਦ ਹੈਗੀ, ਬਾਕੀ ਦੋ ਬਈ ਯਾਰ ਨਿੱਕੇ ਨਿੱਕੇ ਜਵਾਕ ਆ, ਉਹਨਾਂ ਦਾ ਵੀ ਨਹੀਂ ਸੋਚਿਆ ਵੀ ਕੀ ਬਣੂ, ਹੋ ਸਕਦਾ ਜੇ ਬਾਹਰ ਰਹਿੰਦੀ ਇਹ ਕੱਲ੍ਹ ਨੂੰ ਉਹਨਾਂ ਨੂੰ ਵੀ ਮਾਰ ਸਕਦੀ ਸੀ, ਬੱਚਿਆਂ ਨੂੰ ਵੀ, ਪਹਿਲਾਂ ਵੀ ਇਹਦੀ ਸੱਸ ਦੀ ਡੈਥ ਹੋਈ ਸੀਗੀ ਉਦੋਂ ਇਹ ਗੱਲ ਕਹਿ ਦਿੱਤੀ ਗਈ ਸੀਗੀ ਵੀ ਪ੍ਰੈਸ ਨਾਲ ਲੱਗ ਕੇ ਮਰੀ ਆ, ਉਹਦੀ ਵੀ ਜਾਂਚ ਹੋਣੀ ਚਾਹੀਦੀ ਆ, ਉਹ ਹੋ ਸਕਦਾ ਉਹ ਵੀ ਇਹਨੇ ਮਾਰੀ ਹੋਵੇ। ਮੇਰੇ ਨਾਲ ਗੁਰਦੀਪ ਸਿੰਘ ਸਾਬਕਾ ਪੰਚਾਇਤ ਮੈਂਬਰ ਜੀ ਪਿੰਡ ਦਰਾਜ ਤੋਂ। ਜਿਹੜੀ ਕਿਵੇਂ ਇਹ ਹਾਦਸਾ ਹੋਇਆ ਸੀ, ਕਿਵੇਂ ਪਤਾ ਲੱਗਿਆ ਵੀ ਕਿਸ ਤਰ੍ਹਾਂ ਇਹ ਸ਼ੱਕ ਲਦਾ ਗਿਆ ਕੀ ਜੀ? ਜਦੋਂ ਸਾਨੂੰ 16 ਤਰੀਕ ਨੂੰ ਦੁਪਹਿਰੇ ਸਾਡੇ ਪਿੰਡ ਮੁੰਡਾ ਗਗਨ ਬਰਾੜ ਆ, ਉਹਨੂੰ ਥਾਣੇ ਦੇ ਵਿੱਚ ਫੋਨ ਗਿਆ ਵੀ ਐਂ ਕਰਕੇ ਤੁਹਾਡੇ ਪਿੰਡ ਹਰਚਰਨ ਸਿੰਘ ਪੁੱਤ ਹਰਬੰਸ ਸਿੰਘ ਨਾਂ ਦਾ ਬੰਦਾ ਹੈਗਾ ਵੀ ਉਹ ਭਾਈ ਗੱਡੀ ਦੇ ਵਿੱਚ ਅੱਗ ਲਾ ਕੇ ਉਹਦੀ ਮੌਤ ਹੋ ਚੁੱਕੀ ਆ ਵੀ। ਉਦੋਂ ਬਾਅਦ ਜਦੋਂ ਅਸੀਂ ਆਏ ਤਾਂ ਲਾਸ਼ ਬਿਲਕੁਲ ਸੜ ਚੁੱਕੀ ਸੀਗੀ, ਅਸੀਂ ਆਪਣੇ ਤੌਰ 'ਤੇ ਜਿਹੜੇ ਕੈਮਰੇ ਸੀ ਉੱਥੇ ਸਾਹਮਣੇ ਹੋਟਲ ਦੇ ਵਿੱਚ ਲੱਗੇ ਸੀ ਕਿ ਵੀ ਦੇਖੀਏ ਵਾਕਈ ਅੱਗ ਲੱਗੀ ਹੈ ਵੀ ਜਾਂ ਕੋਈ ਸ਼ੱਕੀ ਘਟਨਾ ਨਾ ਹੋਵੇ, ਵੀ ਆਮ ਗੱਲ ਨਹੀਂ ਅੱਜ ਕੱਲ੍ਹ ਲੁੱਟ ਖੋਹਦੀਆਂ ਹੋ ਰਹੀਆਂ ਨੇ ਜਿਹੜੀਆਂ। ਉਸ ਜਾ ਕੇ ਅਸੀਂ ਕੈਮਰੇ ਦੇ ਵਿੱਚ ਆ ਕੇ ਦੇਖਿਆ ਤਾਂ ਉੱਥੇ ਸਾਨੂੰ ਸ਼ੱਕ ਪਿਆ ਵੀ ਇਹ ਇੱਕ ਸੋਚੀ ਸੱਚ ਸੱਚ ਦੇ ਅਧੀਨ ਮੁੰਡੇ ਦਾ ਕਤਲ ਕੀਤਾ ਗਿਆ ਵਾ, ਜਿਹਦੀ ਫਿਰ ਅਸੀਂ SHO ਨਿਰਮਲਜੀਤ ਸਿੰਘ ਜੀ ਨੂੰ ਸੱਦ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਸਾਡੇ ਨਗਰ ਦਾ ਜਿਹੜਾ ਨੌਜਵਾਨ ਸੀ ਵੀ ਇਹਦਾ ਕਤਲ ਕੀਤਾ ਗਿਆ ਵੀ ਤੁਸੀਂ ਜਿਹੜੀ ਪੜਤਾਲ ਕਰੋ ਜੀ, ਇਹ ਅਸੀਂ ਉਹਨਾਂ ਨੂੰ ਬੇਨਤੀ ਕੀਤੀ। ਪਹਿਲਾਂ ਕੋਈ ਲੱਗਦਾ ਸੀ ਕੋਈ ਸ਼ੱਕ ਸੀ ਇਸ ਤਰ੍ਹਾਂ ਦਾ ਜਿਹੜਾ ਪਹਿਲਾਂ ਵੀ 6-7 ਸਾਲ ਪਹਿਲਾਂ ਨਾ ਜੀ ਇਹ ਜਿਹੜੀ ਲੇਡੀ ਸੀਗੀ ਸੁਖਜੀਤ ਕੌਰ ਇਹਦੀ ਜਿਹੜੀ ਸੱਸ ਸੀ ਉਹਦੀ ਜਿਹੜੀ ਮੌਤ ਸੀ ਉਹ ਵੀ ਕੁਝ ਭੇਦ ਭਰੀ ਹਾਲਤ ਦੇ ਵਿੱਚ ਹੋਈ ਸੀਗੀ, ਉਦੋਂ ਵੀ ਪਿੰਡ ਨੂੰ ਸ਼ੱਕ ਸੀ ਵੀ ਉਹਦੀ ਮੌਤ ਕਿਸੇ ਨੇ ਕਤਲ ਕੀਤਾ ਗਿਆ, ਉਸ ਕਰਕੇ ਹੁਣ ਵੀ ਸ਼ੱਕ ਦੀ ਨਿਗਾਹ ਨਾਲ ਨਗਰ ਦੇਖਦੇ, ਇਸੇ ਕਰਕੇ ਸਾਨੂੰ ਸ਼ੱਕ ਸੀ ਉਹਦੇ ਕਰਕੇ ਹੀ ਪੜਤਾਲ ਕੀਤੀ ਵੀ ਬਾਕੀ ਗੱਡੀ ਚੱਕ ਲੈ ਕੇ ਬੰਦੇ ਦੀ ਮੌਤ ਹੋਈ ਹੈ ਜਾਂ ਕਿਸੇ ਨੇ ਕੋਈ ਸਾਜ਼ਿਸ਼ ਦੇ ਅਧੀਨ ਉਹਦਾ ਕਤਲ ਕੀਤਾ। ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਇਨਸਾਨ ਸੀ? ਜਗਤਾਰ ਸਿੰਘ ਤਾਂ ਬਹੁਤ ਜੇ ਪਿੰਡ 'ਚ ਸ਼ਾਮ ਜਗਤਾਰ ਸਿੰਘ ਕਹਿੰਦੇ ਹਰਚਰਨ ਸਿੰਘ ਨੂੰ, ਬਹੁਤ ਹੀ ਨਰਮ ਸੁਭਾਅ ਦਾ, ਨਸ਼ੇ ਤੋਂ ਰਹਿਤ ਮੁੰਡਾ, ਦੋ ਟਾਈਮ ਗੁਰੂ ਘਰ ਜਾਣ ਵਾਲਾ ਸੀਗਾ, ਨਸ਼ੇ ਤੋਂ ਰਹੇ ਸੀ ਮਿਲ ਮਿਲਾਪੜਾ, ਬਹੁਤ ਹੀ ਨਰਮ ਸੁਭਾਅ ਦਾ ਮੁੰਡਾ ਸੀਗਾ ਜੀ। ਜੀ ਇਹ 16 ਤਰੀਕ ਨੂੰ ਪਿਛਲੇ ਮਹੀਨੇ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਗੱਡੀ ਓਲਟੋ ਜੋ ਕਿ ਹੰਡਾਇਆ ਬਰਨਾਲਾ ਰੋਡ ਤੋਂ ਸਲਿਪ ਰੋਡ ਚੜ੍ਹਦਾ ਮੋਗਾ ਰੋਡ 'ਤੇ, ਉੱਥੇ ਦੁਪਹਿਰ ਦੇ ਟਾਈਮ ਉਹਦੇ ਵਿੱਚ ਅੱਗ ਲੱਗ ਗਈ ਹੈ, ਅਤੇ ਜਦੋਂ ਪੁਲਿਸ ਪਾਰਟੀ ਪਹੁੰਚੀ ਅਤੇ ਫਾਇਰ ਬ੍ਰਿਗੇਡ ਐਂਬੂਲੈਂਸ ਨੂੰ ਬੁਲਾਇਆ ਗਿਆ ਸੀਗਾ ਉੱਥੇ ਮੌਕੇ 'ਤੇ, ਅਤੇ ਦੇਖਿਆ ਕਿ ਇੱਕ ਇੰਡੀਵਿਜੁਅਲ ਉਹਦੇ ਵਿੱਚ ਹੀ ਉਹਦੀ ਵੀ ਡੈਥ ਹੋ ਗਈ ਸੀਗੀ। ਬਾਅਦ ਦੇ ਵਿੱਚ ਉਹ ਪਤਾ ਲੱਗਿਆ ਕਿ ਉਹ ਮਿਸਟਰ ਹਰਚਰਨ ਸਿੰਘ ਸੀਗੇ ਜੋ ਕਿ ਵਿਕਟਿਮ ਸੀਗੇ ਇਸ ਕੇਸ ਦੇ ਵਿੱਚ, ਉਹਨਾਂ ਦੀ ਡੈਥ ਹੋ ਗਈ। ਇਨੀਸ਼ੀਅਲੀ ਇੱਦਾਂ ਜਤਾਇਆ ਜਾ ਰਿਹਾ ਸੀਗਾ ਕਿ ਇਹ ਐਕਸੀਡੈਂਟਲ ਡੈਥ ਹੈਗੀ, ਜਿੱਦਾਂ ਗਰਮੀ ਦੇ ਕਾਰਨ ਅਵਸ਼ ਗਰਮੀ ਕਾਫੀ ਪੈ ਰਹੀ ਸੀ ਅਤੇ ਇਸ ਕਰਕੇ ਗੱਡੀ 'ਚ ਅੱਗ ਲੱਗ ਗਈ ਅਤੇ ਉਹਨਾਂ ਦੀ ਡੈਥ ਹੋ ਗਈ। ਬਟ ਮੌਕੇ 'ਤੇ ਪਹੁੰਚ ਕੇ ਜਿੱਦਾਂ ਸਾਡੀ ਟੀਮਸ ਪਹੁੰਚਦੀ ਹੈ ਫੋਰੈਂਸਿਕ ਦੀ ਅਤੇ ਟੈਕਨੀਕਲ ਟੀਮਸ ਪਹੁੰਚੀ ਅਤੇ ਸੀਨੀਅਰ ਅਫਸਰਸ ਵੀ ਗਏ ਅਤੇ ਥੋੜ੍ਹਾ ਡਾਊਟ ਸੀਗਾ ਕਈ ਗੱਲਾਂ 'ਤੇ, ਅਤੇ ਫਿਰ ਫੈਮਿਲੀ ਮੈਂਬਰਸ ਤੋਂ ਪੁੱਛਗਿੱਛ ਕੀਤੀ ਗਈ, ਹਿਊਮਨ ਇੰਟ ਲਾਈ ਗਈ ਅਤੇ ਮਾਮਲਾ ਸ਼ੱਕੀ ਸਾਨੂੰ ਲੱਗਿਆ ਸੀ ਅਤੇ ਉਹਦੀ ਤਹਿ ਤੱਕ ਪਹੁੰਚਣ ਵਾਸਤੇ ਫਿਰ ਸਾਡੇ SPD ਸਾਹਿਬ ਸੰਦੀਪ ਮੰਡ, ਉਹਨਾਂ ਦੇ ਨਾਲ DSP ਬਰਨਾਲਾ ਸਤਵੀਰ ਸਿੰਘ, ਇੰਚਾਰਜ CIA ਇੰਸਪੈਕਟਰ ਬਲਜੀਤ ਸਿੰਘ ਐਂਡ SHO CT2 ਨਿਰਮਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਐਂਡ ਟੈਕਨੀਕਲ ਸਾਈਬਰ ਦੀ ਟੀਮਸ, ਫੋਰੈਂਸਿਕ ਦੀ ਟੀਮਸ ਅਸੀਂ ਲਾਤੀ ਸੀਗੀ ਵੱਖ ਵੱਖ ਅਤੇ ਡਿਟੇਲ ਦੇ ਵਿੱਚ ਜਦੋਂ ਅਸੀਂ ਗਏ ਅਤੇ ਫਿਰ ਪਤਾ ਲੱਗਿਆ ਕਿ ਜੋ ਇਹ ਮਰਨ ਵਾਲਾ ਹੈਗਾ ਹਰਚਰਨ ਸਿੰਘ, ਇਹਦੀ ਵਾਈਫ ਹੈਗੀ ਸੁਖਵੀਰ ਕੌਰ, ਉਹਦਾ ਰਿਲੇਸ਼ਨ ਸੀਗਾ ਐਕਿਊਜ਼ਡ ਜੋ ਇਸ ਕੇਸ ਦੇ ਵਿੱਚ ਹੁਣ ਹੈਗਾ ਹਰਦੀਪ ਸਿੰਘ, ਅਤੇ ਉਹਦਾ ਇੱਕ ਹੋਰ ਫਰੈਂਡ ਸੁਖਦੀਪ ਸਿੰਘ ਜੋ ਕਿ ਬਠਿੰਡਾ ਦੇ ਰਹਿਣ ਵਾਲੇ ਆ ਦੋਨੋਂ, ਇਹਨਾਂ ਨੇ ਕੌਨਸਪਿਰੇਸੀ ਰਚੀ ਸੀਗੀ ਬਿਕੋਜ਼ ਇਹਨਾਂ ਦੇ ਅਫੇਅਰ ਬਾਰੇ ਹਰਚਰਨ ਸਿੰਘ ਨੂੰ ਪਤਾ ਲੱਗਿਆ ਸੀ, ਉਹ ਰੋਕਦਾ ਸੀਗਾ ਅਤੇ ਇਹਨਾਂ ਨੇ ਸੋਚਿਆ ਵੀ ਇਹਨੂੰ ਜਾਨ ਤੋਂ ਮਾਰ ਕੇ ਇਹਨੂੰ ਰਾਹ ਤੋਂ ਹਟਾਇਆ ਜਾਏ। ਇਹਦੇ ਵਿੱਚ ਹੀ ਇਹਨਾਂ ਨੇ ਦੁਪਹਿਰ ਦੇ ਟਾਈਮ ਉਹਨੂੰ ਬੁਲਾਇਆ ਬਹਾਨੇ ਸਰ ਉਸ ਪਾਸੇ, ਉਹਦੇ ਵਿੱਚ ਓਵਰ ਪਾਵਰ ਕਰ ਲਿਆ ਗਿਆ ਉਹਨੂੰ,
ਤੇ ਗਲ ਦੇ ਵਿੱਚ ਉਹਦੇ ਪਰਨਾ ਪਾ ਕੇ ਤੇ ਜੋ ਹਿੱਟ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ ਫੋਰ ਕੋਕਰੋਚਿਸ ਐਂਡ ਡਿਫਰੈਂਟ ਟਾਈਪ ਆਫ ਇਨਸੈਕਟਸ ਮਾਰਨ ਵਾਸਤੇ ਜ਼ਹਿਰੀਲੀ ਹੁੰਦੀ ਹੈ ਉਹ ਚੀਜ਼, ਉਹਦੇ ਨਾਲ ਉਹਦੇ ਮੂੰਹ ਅਤੇ ਨੱਕ ਦੇ ਵਿੱਚ ਪਾਤਾ, ਜਿਹਦੇ ਨਾਲ ਉਹ ਤੁਰੰਤ ਬੇਹੋਸ਼ ਹੋ ਗਿਆ। ਨਾਲ ਹੀ ਇਹਨਾਂ ਕੋਲ ਪਹਿਲਾਂ ਤੋਂ ਹੀ ਇਹਨਾਂ ਨੇ ਅਰੇਂਜ ਕੀਤਾ ਸੀਗਾ ਉੱਥੇ ਪੈਟਰੋਲ ਵਗੈਰਾ, ਅਤੇ ਉਹ ਪਾ ਕੇ ਅਤੇ ਉੱਥੇ ਗੱਡੀ 'ਚ ਅੱਗ ਲਾ ਕੇ ਉੱਥੋਂ ਨਿਕਲ ਗਏ। ਇਹਨਾਂ ਨੂੰ ਪਹਿਲਾਂ ਇਨੀਸ਼ਲੀ ਲੱਗ ਰਿਹਾ ਸੀਗਾ ਵੀ ਐਕਸੀਡੈਂਟਲ ਡੈਥ ਲੱਗੂਗੀ ਅਤੇ ਪਤਾ ਨਹੀਂ ਲੱਗੇਗਾ, ਬਟ ਜਿੱਦਾਂ ਕਿ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕੀਤਾ ਅਤੇ ਇਹ ਕੌਨਸਪਰੇਸੀ ਨੂੰ ਅਨਅਰਥ ਕੀਤਾ, ਅਤੇ ਇਹਦੇ ਵਿੱਚ ਹੁਣ ਇਹਨਾਂ ਤਿੰਨਾਂ ਦੀ ਅਸੀਂ ਅਰੈਸਟ ਪਾ ਲਈ ਹੈ। ਰਿਕਵਰੀਜ਼ ਆਰ ਇਨ ਪ੍ਰੋਸੈਸ ਅਤੇ ਡਿਊਰਿੰਗ ਇੰਟੈਰੋਗੇਸ਼ਨ ਇਨਵੈਸਟੀਗੇਸ਼ਨ ਮੁੱਢਲੀ ਤਫਤੀਸ਼ ਦੇ ਵਿੱਚ ਇਹ ਖੁਦ ਵੀ ਮੰਨਦੇ ਹੈ ਕਿ ਜੋ ਇਹਨਾਂ ਨੇ ਇੱਦਾਂ ਇੱਦਾਂ ਕੰਮ ਕੀਤਾ ਇਸ ਚੀਜ਼ ਨੂੰ। ਜੀ ਇਹ ਟੈਕਨੀਕਲ ਜਿੱਦਾਂ ਅਸੀਂ ਸੀ ਸੀ ਟੀ ਵੀ ਵੀ ਦੇਖੀ ਉੱਥੋਂ, ਅਤੇ ਜਿੱਦਾਂ ਮੈਂ ਕਹਿ ਰਿਹਾ ਕਿ ਇਹਨਾਂ ਦੇ ਅਫੇਅਰ ਬਾਰੇ ਫੈਮਿਲੀ ਮੈਂਬਰਸ ਨੂੰ ਵੀ ਸ਼ੱਕ ਸੀਗਾ, ਤਾਂ ਜਦੋਂ ਅਸੀਂ ਟੈਕਨੀਕਲ ਸਰਵੇਲੈਂਸ ਲਾਈ ਅਤੇ ਉੱਥੇ ਆਸ ਪਾਸ ਲੋਕਾਂ ਨੂੰ ਆਂਢ ਗੁਆਂਢ ਦੇ ਵਿੱਚ ਪਤਾ ਕੀਤਾ, ਅਤੇ ਹੌਲੀ ਹੌਲੀ ਤਾਰ ਤੋਂ ਤਾਰ ਅਸੀਂ ਜੋੜੀ, ਸੁਰਾਗ ਮਿਲਦੇ ਗਏ ਸਾਨੂੰ, ਅਤੇ ਇਸੀ ਕਰਕੇ ਲਗਭਗ ਕਾਫੀ ਦਿਨ 16 ਤਰੀਕ ਦੀ ਵਾਰਦਾਤ ਹੈ, 20 ਦਿਨ ਸਾਨੂੰ ਲੱਗ ਗਏ ਕਿਉਂਕਿ ਬਿਲਕੁਲ ਹੀ ਬਲਾਈਂਡ ਮਰਡਰ ਕੇਸ ਸੀਗਾ, ਅਤੇ ਇਹਨੂੰ ਤਹਿ ਤੱਕ ਜਾ ਕੇ ਬਿਕੋਜ਼ ਵੀ ਵਾਂਟਡ ਕਿ ਬਈ ਸਾਡੇ ਕੋਲ ਸਬਸਟੈਂਸ਼ੀਅਲ ਐਵੀਡੈਂਸ ਹੋਏ ਤਾਂ ਹੀ ਕਿਸੇ ਨੂੰ, ਕਿਉਂਕਿ ਮਰਡਰ ਕੇਸ ਰਜਿਸਟਰ ਕਰਕੇ ਅਰੈਸਟ ਪਾਉਣਾ ਵੱਡੀ ਗੱਲ ਹੁੰਦੀ ਹੈ, ਅਤੇ ਇਸ ਕਰਕੇ ਸਮਾਂ ਲੱਗਿਆ, ਬਟ ਬਹੁਤ ਹੀ ਮਿਹਨਤ ਦੇ ਨਾਲ ਅਸੀਂ ਇਹਨੂੰ ਡੂੰਘਾਈ ਦੇ ਨਾਲ ਤਫਤੀਸ਼ ਕਰਕੇ ਸਾਡੀ ਸਾਰੇ ਕੇ ਸਾਰੇ ਫੈਕਟ ਸਰਫੇਸ ਹੋ ਗਏ। ਇਹ ਜੀ ਇਹ ਬਿਕੋਜ਼ ਇਹ ਪਿਛਲੇ ਮਹੀਨੇ ਦੀ ਵਾਰਦਾਤ ਹੈਗੀ, ਤਾਂ 302 ਦੇ ਵਿੱਚ ਹੀ IPC ਦਾ ਸੈਕਸ਼ਨ ਜੋ ਸੀਗਾ ਉਹਦੇ ਵਿੱਚ ਹੀ ਇਹ ਪਰਚਾ ਦਿੱਤਾ ਗਿਆ, ਅਤੇ ਇਹਦੇ ਵਿੱਚ 3 ਜਿਹੜੇ ਐਕਿਊਜ਼ ਹੈ ਜਿਨ੍ਹਾਂ ਨੇ ਕੀਤਾ ਸੀਗਾ ਉਹ ਤਿੰਨੋਂ ਨੂੰ ਹੀ ਅਸੀਂ ਅਰੈਸਟ ਕਰ ਲਿਆ ਹੈਗਾ। ਜੋ ਮਰਨ ਵਾਲਾ ਇਹ ਸੀਗਾ ਹਰਚਰਨ ਸਿੰਘ, ਉਹਦੀ ਵਾਈਫ ਸੁਖਵੀਰ ਕੌਰ, ਸੁਖਜੀਤ ਕੌਰ, ਅਤੇ ਇੱਕ ਉਹਦਾ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਹਰਦੀਪ ਸਿੰਘ, ਉਹਨਾਂ ਦਾ ਦੋਸਤ ਦੋਨਾਂ ਦਾ ਸੁਖਦੀਪ ਸਿੰਘ, ਤਿੰਨਾਂ ਨੂੰ ਹੀ ਅਸੀਂ ਅਰੈਸਟ ਕਰ ਲਿਆ। ਨਹੀਂ ਇਹ ਗੱਡੀ ਦੇ ਵਿੱਚ ਹੀ, ਜੋ ਇਹਨਾਂ ਨੇ ਜੋ ਹਾਲੇ ਪਤਾ ਲੱਗਿਆ ਹੈਗਾ ਕਿ ਗੱਡੀ ਦੇ ਵਿੱਚ ਹੀ ਅੰਦਰ ਵੜ ਕੇ ਉਹਨੂੰ ਜਿੱਦਾਂ ਮੈਂ ਦੱਸਿਆ ਕਿ ਪਰਨਾ ਪਾ ਲਿਆ ਅਤੇ ਓਵਰ ਪਾਵਰ ਕਰ ਲਿਆ ਕਿਉਂਕਿ ਇਹ 3 ਜਣੇ ਸੀਗੇ, ਅਤੇ ਨਾਲ ਹੀ ਉਹਨੂੰ ਸੁੰਘਾਤਾ ਜੋ ਹਿੱਟ ਸੀਗਾ ਉਹ ਨੱਕ ਦੇ ਵਿੱਚ ਪਾ ਕੇ, ਅਤੇ ਉਹ ਜਦੋਂ ਅਨਕੌਨਸ਼ੀਅਸ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਦੇ ਵਿੱਚ ਅੱਗ ਲਾਤੀ। ਹਾਂਜੀ ਇਹ ਸਾਨੂੰ ਵੀ ਪਤਾ ਲੱਗਿਆ ਹੈ ਜੀ, ਇਹ ਸਾਰੀ ਗੱਲਾਂ ਤੇ ਅਸੀਂ ਗੌਰ ਕਰਾਂਗੇ ਤੇ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਤੇ ਹੁਣ ਹੋਰ ਡਿਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ, ਤੇ ਇਨ ਚੀਜ਼ਾਂ ਨੂੰ ਵੀ ਬਿਲਕੁਲ ਗੌਰ ਤੇ ਦੇਖਿਆ ਜਾਏਗਾ। ਜੀ ਅਭੀ ਜਿੱਦਾਂ ਅਸੀਂ ਦੱਸਿਆ ਕਿ ਇਹ ਵੀ ਐਕਸੀਡੈਂਟਲ ਡੈਥ ਦਿਖਾਇਆ ਸੀਗਾ, ਤੇ ਅਗਰ ਉਹ ਵੀ ਹੈ ਉਹ ਉਸਨੂੰ ਵੀ ਅਸੀਂ ਦਰਕਿਨਾਰ ਨਹੀਂ ਕਰਦੇ, ਹਰ ਜੋ ਪਹਿਲੂ ਤੋਂ ਜਾਂਚ ਕੀਤੀ ਜਾਏਗੀ ਉਹਦੀ ਵੀ।